पूरी हिम्मत करके हुण तू जाग पंजाबी पुत्रा, पूरी हिम्मत करके हुण तू जाग पंजाबी पुत्रा, खा जावणगे नहीं तां कंगणी काग पंजाबी पुत्रा, आसां ला के बैठी रहे ना किधरे तेरी बोली, अपनी मंग व्याह लै भर के लाग पंजाबी पुत्रा, जे पुत्र पंजाब दा ए तां मिध दा जा तू सिरियां, जिहड़े जिहड़े आवण राह विच नाग पंजाबी पुत्रा, जिहड़े जिहड़े आवण राह विच नाग पंजाबी पुत्रा। ਇਰਸ਼ਾਦ ਸੰਧੂ ਸਾਹਿਬ ਦੀਆਂ ਇਹ ਲਾਈਨਾਂ ਨੇ ਔਰ ਮੇਰਾ ਖਿਆਲ ਜਦੋਂ ਮਰਜ਼ੀ ਉਹਨਾਂ ਨੇ ਲਿਖੀਆਂ ਹੋਣਗੀਆਂ, ਪਰ ਇਹ ਤਕਰੀਬਨ ਹਰ ਮੌਕੇ 'ਤੇ ਟੁੱਕਦੀਆਂ ਨੇ। ਅੱਜ ਦੀ ਗੱਲ ਕਰੀਏ ਤਾਂ ਕਿਸਾਨਾਂ ਦੇ ਸੰਘਰਸ਼ 'ਤੇ ਬਿਲਕੁਲ ਟੁੱਕਦੀਆਂ ਨੇ। ਪੂਰੀ ਹਿੰਮਤ ਕਰਕੇ ਹੁਣ ਤੂੰ ਜਾਗ ਪੰਜਾਬੀ ਪੁੱਤਰਾ। ਸੋ ਇਹਨਾਂ ਲਾਈਨਾਂ ਨਾਲ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ, ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਹੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਅੱਜ ਦਾ ਲਾਈਵ ਸ਼ੋਅ ਸਾਡੇ ਦਰਸ਼ਕਾਂ ਵਾਸਤੇ ਖਾਸ ਹੋਏਗਾ। ਬਾਕੀ ਜਿਹੜੀ ਗੱਲਬਾਤ ਮੈਂ ਕਰਦਾ ਹੁਣ ਖਬਰ ਸਾਹਿਬ ਦੀ ਗੱਲ ਕਰੀਦੀ ਹੈ, ਉਹ ਆਪਾਂ ਬਾਅਦ ਦੇ ਵਿੱਚ ਕਰਾਂਗੇ। ਅਤੇ ਪਹਿਲਾਂ ਪ੍ਰੋਗਰਾਮ ਦੇ ਸ਼ੁਰੂਆਤੀ ਹਿੱਸੇ ਵਿੱਚ ਇੱਕ ਬੜਾ ਵਧੀਆ ਰੰਗ ਬੰਨਣ ਜਾ ਰਹੇ ਹਾਂ। ਰੰਗ ਇਹ ਹੈ ਕਿ ਜਿਵੇਂ ਅਸੀਂ ਗੱਲ ਕਰੀਦੀ ਹੈ ਕਿ ਪੰਜਾਬੀ ਫਿਲਮਾਂ ਦਾ ਬਹੁਤ ਹੀ ਸੁਨਹਿਰੀ ਦੌਰ ਚੱਲ ਰਿਹਾ ਸੀਗਾ, ਲੇਕਿਨ ਕਰੋਨਾ ਕਰਕੇ, ਕੋਵਿਡ ਕਰਕੇ ਉਹਨੂੰ ਇੱਕਦਮ ਠੱਲ ਪੈ ਗਈ ਸੀ। ਪਰ ਚਲੋ ਸ਼ੁਕਰ ਰੱਬ ਦਾ, ਮਨੋਰੰਜਨ ਦੀ ਗੱਲ ਕਰੀਏ, ਐਂਟਰਟੇਨਮੈਂਟ ਦੀ ਗੱਲ ਕਰੀਏ ਤਾਂ ਲੋਕਾਂ ਨੇ ਘਰ ਬਹਿ ਕੇ ਵੀ ਬਥੇਰਾ ਕੀਤਾ ਹੋਣਾ। ਪਰ ਕਹਿੰਦੇ ਵੀ ਜੋ ਮਜ਼ਾ ਸਿਨੇਮੇ ਵਿੱਚ ਜਾ ਕੇ ਫਿਲਮ ਦੇਖਣ ਦਾ ਆਉਂਦਾ ਅਤੇ ਉਹ ਘਰ ਨਹੀਂ ਆਉਂਦਾ, ਜਿੱਡੀ ਮਰਜ਼ੀ ਵੱਡੀ ਸਕਰੀਨ ਹੋਵੇ ਬਾਹਰ ਬੰਦਾ ਆਊਟਿੰਗ ਕਰ ਲੈਂਦਾ। ਚਲੋ ਚੰਗੀ ਗੱਲ ਇਹ ਆ ਜੀ, ਚੰਗੀ ਖਬਰ ਇਹ ਹੈ ਕਿ ਫਿਲਮਾਂ, ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤਾਂ ਫਿਰ ਤੋਂ ਸਿਨੇਮਾ ਘਰਾਂ ਦੇ ਵਿੱਚ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਅਤੇ ਹੁਣ ਤੱਕ ਜਿੰਨੀਆਂ ਫਿਲਮਾਂ ਵੀ ਕੋਵਿਡ ਤੋਂ ਬਾਅਦ ਆਈਆਂ ਨੇ ਤਾਂ ਸਾਰਿਆਂ ਨੂੰ ਦਰਸ਼ਕਾਂ ਨੇ ਭਰਪੂਰ ਹੁੰਗਾਰਾ ਦਿੱਤਾ। ਅਸੀਂ ਗੱਲ ਕਰਦੇ ਹਾਂ ਜੀ ਦੋ ਤਿੰਨ ਦਿਨ ਤੋਂ, ਪਿਛਲੇ ਤੋਂ ਕਰ ਰਹੇ ਹਾਂ, ਯਾਰ ਅਨਮੁੱਲੇ ਰਿਟਰਨਸ ਫਿਲਮ ਜਿਹੜੀ ਆਈ ਆ ਉਹਦੇ ਬਾਰੇ, ਉਹਦੇ ਕਲਾਕਾਰਾਂ ਨਾਲ ਆਪਾਂ ਗੱਲ ਕਰ ਰਹੇ ਸੀਗੇ ਅਤੇ ਅੱਜ ਵੀ ਉਹਨਾਂ ਦੇ ਇੱਕ ਫਿਲਮ ਦੇ ਅਹਿਮ ਕਲਾਕਾਰ, ਅਹਿਮ ਕਹਿ ਲਓ ਜਾਂ ਅਸੀਂ ਕਹਿ ਦਈਏ ਵੀ ਯਾਰ ਅਨਮੁੱਲੇ ਤੋਂ ਉਹਨਾਂ ਨੂੰ ਜਿਹੜੀ 2016 ਦੇ ਵਿੱਚ ਆਈ ਸੀ ਫਿਲਮ ਯਾਰ ਅਨਮੁੱਲੇ, ਸੋਰੀ, ਅਤੇ 2011 ਦੇ ਵਿੱਚ ਸ਼ਾਇਦ ਆਈ ਸੀ, ਅਤੇ ਉਦੋਂ ਜੋ ਉਹਨਾਂ ਨੂੰ ਮਾਣ ਉਸ ਫਿਲਮ ਤੋਂ ਮਿਲਿਆ, ਇੱਕ ਟਾਈਟਲ ਮਿਲਿਆ, ਇੱਕ ਤਖਲਸ ਮਿਲਿਆ, ਉਹ ਸ਼ਾਇਦ ਸਾਰੀ ਜ਼ਿੰਦਗੀ ਉਹਨਾਂ ਦੇ ਨਾਲ ਹੀ ਜਾਏਗਾ। ਸੋ ਮੈਂ ਗੱਲ ਕਰ ਰਿਹਾ ਜੀ ਯਾਰ ਅਨਮੁੱਲੇ ਦੇ, ਪਹਿਲੀ ਫਿਲਮ ਦੇ ਵਿੱਚ ਵੀ ਸੀਗੇ, ਇਸ ਫਿਲਮ ਦੇ ਵਿੱਚ ਵੀ ਨੇ, ਇਹਦੇ ਅਹਿਮ ਕਿਰਦਾਰ ਹਰੀਸ਼ ਵਰਮਾ ਜਾਣੀ ਕਿ ਟਿੰਕਾ ਜੱਟ, ਟਿੰਕਾ ਜੱਟ ਉਹਨਾਂ ਨੂੰ ਯਾਰ ਅਨਮੁੱਲੇ ਤੋਂ ਮਿਲਿਆ ਅਤੇ ਉਹ ਹਰ ਜਗ੍ਹਾ ਉਹਨਾਂ ਦੇ ਨਾਲ ਜਾਂਦਾ, ਹਰੀਸ਼ ਵਰਮਾ ਪਿੱਛੇ ਪਿੱਛੇ ਹੁੰਦਾ ਅਤੇ ਟਿੰਕਾ ਜੱਟ ਮੂਹਰੇ ਮੂਹਰੇ ਹੁੰਦਾ। ਸੋ ਹਰੀਸ਼ ਵਰਮਾ ਜੀ ਨਾਲ ਥੋੜ੍ਹੀ ਦੇਰ ਵਾਸਤੇ ਗੱਲਬਾਤ ਕਰਾਂਗੇ, ਉਸ ਤੋਂ ਬਾਅਦ ਤੁਹਾਡੀਆਂ ਕਾਲਾਂ ਹਮੇਸ਼ਾ ਹੀ ਤਰ੍ਹਾਂ ਲਵਾਂਗੇ ਅਤੇ ਤੁਹਾਡੇ ਨਾਲ ਵੀ ਗੱਲਾਂ ਕਰਾਂਗੇ। ਫਿਲਹਾਲ ਹਰੀਸ਼ ਵਰਮਾ ਜੀ ਦਾ ਸਵਾਗਤ ਕਰਦੇ ਹਾਂ। ਹਾਂਜੀ ਹਰੀਸ਼ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਨਾਲੇ ਜਸ ਪੰਜਾਬੀ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਵਾਹ ਜੀ ਵਾਹ, ਪਹਿਲਾਂ ਤਾਂ ਮੇਰੇ ਖਿਆਲ ਲੱਗਦੇ ਹੱਥ, ਮੈਂ ਸੋਚਦਾ ਵਧਾਈਆਂ ਦੇ ਦੇਵਾਂ ਅਤੇ ਬਾਕੀ ਗੱਲ ਆਪਾਂ ਬਾਅਦ 'ਚ ਕਰਦੇ ਹਾਂ। ਅਤੇ ਤੁਹਾਡੀ ਇੱਕ ਵੱਖਰੀ ਪਛਾਣ ਯਾਰ ਅਨਮੁੱਲੇ ਤੋਂ ਬਣੀ ਸੀ ਅਤੇ ਯਾਰ ਅਨਮੁੱਲੇ ਰਿਟਰਨ ਜਿਹੜੀ ਹੈ ਉਹਦੇ ਵਿਚਲੇ ਵਕਫੇ ਦੀ, ਵਿਚਲੇ ਦੌਰ ਦੀ ਗੱਲ ਆਪਾਂ ਬਾਅਦ 'ਚ ਕਰਾਂਗੇ, ਪਰ ਯਾਰ ਅਨਮੁੱਲੇ ਰਿਟਰਨ ਦੀ ਜਿਹੜੀ ਗੱਲ ਅਸੀਂ ਕਰੀਏ, ਜਿਹੜੀ 10 ਸਤੰਬਰ ਨੂੰ ਰਿਲੀਜ਼ ਹੋਈ ਹੈ 2-3 ਦਿਨ ਪਹਿਲਾਂ, ਅਤੇ ਉਹਦਾ ਇੱਕ ਪਹਿਲਾਂ ਵੀ ਕਹਿੰਦੇ ਮੀਂਹ ਹੋਣ ਦੇ ਬਾਵਜੂਦ, ਭਾਰਤ ਦੀ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ, ਬਾਰਿਸ਼ ਬਹੁਤ ਜ਼ਿਆਦਾ ਹੋਣ ਦੇ ਬਾਵਜੂਦ ਵੀ ਬਹੁਤ ਅੱਛੀ ਓਪਨਿੰਗ ਮਿਲੀ ਹੈ। ਪਹਿਲਾਂ ਇਹਦੇ ਬਾਰੇ ਦੱਸ ਦਿਓ ਜੀ, ਕਿੰਨੀ ਕੁ ਵਧੀਆ ਰਹੀ ਫਿਲਮ ਓਪਨਿੰਗ ਦੇ ਵਿੱਚ। ਮੈਂ ਸਾਰੀਆਂ ਗੱਲਾਂ ਕਰਨ ਤੋਂ ਪਹਿਲਾਂ ਜੀ, ਮੈਂ ਸੱਚੀ ਦਿਲੋਂ ਦਰਸ਼ਕਾਂ ਦਾ ਸਵਾਗਤ ਕਰਨਾ ਚਾਹੁੰਦਾ ਤੇ ਧੰਨਵਾਦ ਕਰਨਾ ਚਾਹੁੰਦਾ ਦਿਲੋਂ, ਬਈ ਕੋਰੋਨਾ ਤੋਂ ਬਾਅਦ, ਲੋਕਡਾਊਨ ਤੋਂ ਬਾਅਦ ਸਾਰਿਆਂ ਨੇ ਸਿਨੇਮਾ 'ਚ ਆਉਣਾ ਸ਼ੁਰੂ ਕੀਤਾ, ਪੰਜਾਬੀ ਫਿਲਮਾਂ ਵੇਖਣੀਆਂ ਸ਼ੁਰੂ ਕੀਤੀਆਂ। ਇਹ ਤੁਹਾਡੇ ਹੀ ਕਰਕੇ, ਤੁਹਾਡੇ ਹੀ ਸਦਕੇ ਜੋ ਹੈ ਪੋਸੀਬਲ ਹੋ ਸਕਿਆ ਜੀ, ਕਿ ਫਿਲਮਾਂ ਫਿਰ ਜਿਉਂਦੀਆਂ ਹੋਣੀਆਂ ਸ਼ੁਰੂ ਹੋਈਆਂ, ਸਿਨੇਮਾ ਫਿਰ ਜਿਉਂਦਾ ਹੋਣਾ ਸ਼ੁਰੂ ਹੋਇਆ, ਤੇ ਬੜਾ ਸ਼ੁਕਰੀਆ ਸਾਰਿਆਂ ਦਾ। ਬਾਕੀ ਜਿੱਥੋਂ ਤੱਕ ਯਾਰ ਅਨਮੁੱਲੇ ਰਿਟਰਨਸ ਦੀ ਗੱਲ ਹੈ ਜੀ, ਸਾਡਾ ਜੋ ਸ਼ੁਰੂਆਤ ਹੈ ਸਾਡੀ, ਉਹ ਬਹੁਤ ਵਧੀਆ ਹੋਈ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ, ਕਿਉਂਕਿ ਕੁਛ ਇਲਾਕਿਆਂ 'ਚ ਬਰਸਾਤ ਸੀ, ਕਾਫ਼ੀ ਜ਼ਿਆਦਾ ਭਾਰੀ ਬਰਸਾਤ ਹੋਈ ਸੀ, ਜਿਸ ਕਰਕੇ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਔਖਾ ਹੋਇਆ ਸਿਨੇਮਾ 'ਚ ਜਾਣਾ। ਬਟ ਫਿਰ ਵੀ ਮੈਨੂੰ ਹੁਣ, ਕਿਉਂਕਿ ਮੈਨੂੰ ਯਾਦ ਆ ਭਾਅ ਜੀ, ਮੈਂ ਜਦੋਂ ਯਾਰ ਅਨਮੁੱਲੇ 2011 'ਚ ਆਈ ਸੀ, ਉਦੋਂ ਮੈਂ ਬੰਬੇ ਇੱਕ ਟੈਲੀਵਿਜ਼ਨ ਸੀਰੀਅਲ 'ਚ ਕੰਮ ਕਰਦਾ ਸੀ, ਤੇ ਜਦੋਂ ਵੀ ਮੈਨੂੰ ਛੁੱਟੀ ਮਿਲਦੀ ਸੀ, ਉਹ ਕਾਫੀ ਦਿਨ, ਕਾਫੀ ਹਫ਼ਤੇ ਚੱਲੀ ਸੀ ਫਿਲਮ ਉਹ, ਤੇ ਮੈਂ ਉੱਥੋਂ ਫਲਾਈਟ ਫੜ ਕੇ ਆ ਜਾਂਦਾ ਸੀ, ਉਹ ਨਜ਼ਾਰਾ ਲੈ ਸਿਨੇਮਾ ਦੇ ਵਿੱਚ ਬਹਿ ਕੇ ਲੋਕਾਂ ਦੇ ਨਾਲ ਉਸ ਫਿਲਮ ਦਾ। ਇਸ ਫਿਲਮ 'ਚ ਵੀ ਮੈਨੂੰ ਸੇਮ ਆਉਂਦਾ ਪਿਆ ਨਜ਼ਾਰਾ ਜੀ, ਮੈਂ ਕਈ ਸ਼ੋਅਜ਼ ਦੇਖੇ ਨੇ ਇਹਦੇ, ਇਸ ਫਿਲਮ ਉਹ ਐਲੀਮੈਂਟ ਹੈਗਾ ਹੈ ਨਾ, ਜਿਹੜਾ ਉਸ ਯਾਰ ਅਨਮੁੱਲੇ 'ਚ ਸੀ।
ਤੇ ਬਹੁਤ ਵਧੀਆ ਹੁੰਗਾਰਾ, ਬੜਾ ਸ਼ੁਕਰੀਆ ਸਾਰਿਆਂ ਦਾ ਇਸ ਲਈ। ਬਿਲਕੁਲ ਜੀ, ਤੁਸੀਂ ਹੁਣ ਉਸ ਤੋਂ ਬਾਅਦ 2011 ਤੋਂ ਬਾਅਦ ਪਹਿਲੀ ਫਿਲਮ 2010 ਦੇ ਵਿੱਚ ਆਈ ਸੀ ਪੰਜਾਬਣ, ਅਤੇ ਉਸ ਤੋਂ ਬਾਅਦ ਕਾਫੀ ਫਿਲਮ ਕਰ ਲਈਆਂ। ਹੁਣ ਤੁਹਾਡੀ ਵਾਲੀ ਹਾਂਜੀ ਸੇਮ ਪਹਿਲੀ ਫਿਲਮ ਔਰ ਹਿੱਟ ਫਿਲਮ ਦਾ ਨਜ਼ਾਰਾ ਮੇਰੇ ਖਿਆਲ ਪ੍ਰਭ ਗੱਲ ਲੈ ਰਿਹਾ ਹੋਏਗਾ ਨਾ ਉਸ ਪਹਿਲੀ ਫਿਲਮ ਉਹਨਾਂ ਦੀ। ਅੱਛਾ, ਬਹੁਤ ਵਧੀਆ ਹੁੰਗਾਰਾ ਜੀ, ਆਲ ਓਵਰ ਸਾਰੇ ਵਰਲਡ ਦੇ ਵਿੱਚ ਹੈਗਾ ਜੀ। ਆਸਟ੍ਰੇਲੀਆ, ਨਿਊਜ਼ੀਲੈਂਡ ਦੀ ਗੱਲ ਕਰੀਏ, ਉੱਥੋਂ ਵੀ ਵਧੀਆ ਖਬਰਾਂ ਆ ਰਹੀਆਂ ਸੀਗੀਆਂ, ਕਿਉਂਕਿ ਫਿਲਮ ਦਾ ਇੱਕ ਤਾਂ ਚਲੋ ਸਿਨੇਮੇ ਦੇ ਵਿੱਚ ਜਾ ਕੇ ਪਤਾ ਲੱਗਦਾ ਜੀ ਉੱਥੇ ਕਿੰਨਾ ਕੁ ਰਸ਼ ਆ, ਇੱਕ ਹਾਂਜੀ ਉਦੋਂ ਬਾਅਦ ਜਦੋਂ ਲੋਕ ਪਾਉਂਦੇ ਨੇ ਆਪਣੇ ਵਿਊਜ਼, ਤਾਂ ਉਹ ਬਹੁਤ ਵੱਡਾ ਫਾਇਦਾ ਕਰਦੇ ਨੇ ਫਿਲਮ ਨੂੰ। ਔਰ ਮੈਂ ਦੇਖ ਰਿਹਾ ਸੀ ਬਹੁਤ ਸਾਰੇ ਬੱਚਿਆਂ ਨੇ, ਬਹੁਤ ਸਾਰੇ ਲੋਕਾਂ ਨੇ ਇਹ ਆਪਣੇ ਵਿਊਜ਼ ਸੋਸ਼ਲ ਮੀਡੀਆ 'ਤੇ ਪਾਏ ਨੇ ਵੀ ਫਿਲਮ ਬਹੁਤ ਵਧੀਆ। ਮੈਂ ਹਜੇ ਦੇਖਣ ਦਾ ਮੌਕਾ ਨਹੀਂ ਮਿਲਿਆ, ਸਾਡੇ ਤੋਂ ਥੋੜ੍ਹੀ ਦੂਰ ਲੱਗੀ ਹੈ, ਟ੍ਰੇਸ ਸੀ ਆਪਣੇ, ਤੁਸੀਂ ਜਾਣਦੇ ਹੀ ਹੋ, ਅਤੇ ਜ਼ਰੂਰ ਦੇਖਾਂਗੇ। ਅੱਛਾ, ਇਸ ਫਿਲਮ ਦੀ ਗੱਲ ਕਰੀਏ, ਅਤੇ ਇਹ ਰਿਟਰਨ ਹੋਣ ਦੇ ਵਿੱਚ ਇੰਨਾ ਮਤਲਬ ਮੋੜ ਕੇ ਲਿਆਉਣ ਦੇ ਵਿੱਚ ਯਾਰਨ ਮੁੱਲੇ ਨੂੰ ਇੰਨਾ ਟਾਈਮ ਕਿਉਂ ਲੱਗ ਗਿਆ? ਦਰਅਸਲ ਗੱਲ ਕੀ ਹੈ ਜੀ ਕਿ ਜਦੋਂ ਯਾਰਨ ਮੁੱਲੇ ਆਈ ਸੀ, ਉਸ ਤੋਂ ਬਾਅਦ ਇਹ ਵਧੀਆ ਚੱਲ ਗਈ, ਸਾਰਿਆਂ ਨੇ ਸਾਰੇ ਕਿਰਦਾਰ ਵੀ ਪਸੰਦ ਕੀਤੇ, ਮੇਰਾ ਕਿਰਦਾਰ ਜੱਟ ਟੈਂਕੇ ਵਾਲਾ ਵੀ ਪਸੰਦ ਕੀਤਾ। ਫਿਰ ਉਸ ਤੋਂ ਬਾਅਦ ਸੁਣਾਈ ਸੀ ਇਹ, ਇੱਕ ਦੋ ਦਫ਼ਾ ਹੋਰ ਸੁਣਾਈ ਕਿ ਆਪਾਂ ਇਹਦਾ ਸੀਕੁਅਲ ਬਣਾਉਂਦੇ ਹਾਂ। ਉਦੋਂ ਮੈਨੂੰ, ਜੇ ਮੈਂ ਪਰਸਨਲ ਲੈਵਲ 'ਤੇ ਦੱਸਾਂ, ਤਾਂ ਮੈਨੂੰ ਸਕ੍ਰਿਪਟ ਨਹੀਂ ਸੀ ਸਮਝ ਲੱਗਦੀ ਬਈ ਯਾਰਨ, ਕਿਉਂਕਿ ਪਰਤਿਆਈ ਹੋਈ ਗੱਲ ਹੈ, ਹੈ ਨਾ, ਪਰਤਿਆਈ ਹੋਈ ਸਕ੍ਰਿਪਟ ਹੈ, ਮਤਲਬ ਉਸ ਫਿਲਮ 'ਚ ਕੰਮ ਕੀਤਾ ਹੋਇਆ, ਅਤੇ ਉਹਦੀ ਸਮਝ ਥੋੜ੍ਹੀ ਜਿਹੀ ਸੀਗੀ, ਕਿਉਂਕਿ ਜਦੋਂ ਨਵੀਂ ਫਿਲਮ ਕਰੀਦੀ ਆ ਉਦੋਂ ਇਹ ਹੁੰਦਾ ਕਿ ਕੀ ਪਤਾ, ਹੈ ਨਾ, ਇਹ ਗੱਲ ਕੰਮ ਕਰ ਜਾਵੇ, ਇਹ ਗੱਲ ਲੋਕਾਂ ਨੂੰ ਪਸੰਦ ਆ ਜਾਵੇ, ਦਰਸ਼ਕਾਂ ਨੂੰ ਪਸੰਦ ਆ ਜਾਵੇ, ਉਹ ਹੁੰਦਾ ਕਿ ਕੀ ਪਤਾ ਇੱਦਾਂ ਹੋ ਜਾਵੇ। ਬਟ ਯਾਰਨ ਮੁੱਲੇ ਦਾ ਸੀ ਕਿ ਆਹ ਆਹ ਲੋੜੀਂਦੀਆਂ ਚੀਜ਼ਾਂ ਨੇ ਸਕ੍ਰਿਪਟ 'ਚ ਜਿਹੜੀਆਂ ਹੋਣੀਆਂ ਚਾਹੀਦੀਆਂ, ਜਿਹੜੀਆਂ ਜਿਹਨਾਂ ਨੂੰ ਪਿਆਰ ਕੀਤਾ ਲੋਕਾਂ ਨੇ, ਦਰਸ਼ਕਾਂ ਨੇ, ਅਤੇ ਉਹ ਜਦੋਂ ਦੁਬਾਰਾ ਸੁਣਾਉਂਦੇ ਸੀ ਮੈਨੂੰ ਉਹ ਲੱਭਦੀਆਂ ਨਹੀਂ ਸੀ ਉਹਨਾਂ ਦੇ ਵਿੱਚ। ਅੱਛਾ, ਅਤੇ ਬਾਕੀ ਹੋਰ ਬਥੇਰੇ ਰੀਜ਼ਨਸ, ਕਦੇ ਡੇਟਾਂ ਨਹੀਂ ਸੀ ਹੁੰਦੀਆਂ, ਕਦੇ ਹੋਰ ਕਲਾਕਾਰਾਂ ਦੀਆਂ ਡੇਟਾਂ ਨਹੀਂ ਸੀ ਹੁੰਦੀਆਂ, ਬਟ ਐਤਕੀ ਜਦੋਂ ਮੈਨੂੰ ਇਹਨਾਂ ਨੇ ਯਾਰਨ ਮੁੱਲੇ ਰਿਟਰਨਸ ਦੀ ਸਕ੍ਰਿਪਟ ਸੁਣਾਈ ਸੀ ਜੀ, ਗੁਰਜਿੰਦਰ ਮਾਨ ਜੀ ਅਤੇ ਇੰਦਰਜੀਤ ਗਿੱਲ ਭਾਅ ਜੀ ਆਏ ਸੀ, ਉਦੋਂ ਇਹਨਾਂ ਦੋਵਾਂ ਨੇ ਪਹਿਲੀ ਮੁਲਾਕਾਤ 'ਚ ਹੀ ਮੈਨੂੰ ਬਹੁਤ ਇੰਪ੍ਰੈਸ ਕੀਤਾ। ਗੁਰਜਿੰਦਰ ਮਾਨ ਜੀ ਨੇ ਬਹੁਤ ਸੋਹਣੀ ਸੁਣਾਈ, ਉਹਨਾਂ ਨੇ ਲਿਖੀ ਹੈ ਜੀ ਫਿਲਮ, ਇਹ ਰਾਈਟਰ ਨੇ ਉਹ। ਜੀ, ਮੈਨੂੰ ਇਹ ਲੱਗਾ ਵੀ ਨਹੀਂ ਇਸ ਫਿਲਮ 'ਚ ਉਹ ਐਲੀਮੈਂਟ ਹੈਗਾ, ਉਹ ਚੀਜ਼ਾਂ ਹੈਗੀਆਂ ਨੇ ਜੋ ਜੋ ਦਰਸ਼ਕਾਂ ਨੂੰ ਬੰਨ ਸਕਦੀਆਂ, ਅਤੇ ਅਤੇ ਅਸੀਂ ਮੈਨੂੰ ਉਮੀਦ ਹੈ ਕਿ ਅਸੀਂ ਠੀਕ ਨਿਕਲੇ ਹਾਂ ਜੀ, ਠੀਕ ਨਿਕਲੇ ਹਾਂ ਹੁਣ ਤੱਕ, ਵਧੀਆ ਜਾਊ ਅੱਗੇ। ਹਾਂ ਬਿਲਕੁਲ ਜੀ, ਬਿਲਕੁਲ, ਚਲੋ ਟਾਈਮ ਲੱਗ ਗਿਆ ਮੁੜਨ ਨੂੰ ਯਾਰਨ ਮੁੱਲਿਆਂ ਨੂੰ, ਪਰ ਵਧੀਆ ਰਹਿ ਗਿਆ ਜਦੋਂ, ਚਲੋ ਜਦੋਂ ਜੋ ਹੁਣ ਹੁੰਦਾ ਉਦੋਂ ਹੁੰਦਾ। ਪਰ ਇਹ ਇੱਕ ਇਹਦੇ 'ਚ ਵੱਖਰਾ ਪੰਜ ਹੈ, ਜਦੋਂ ਕੋਈ ਟ੍ਰੇਲਰ ਬੰਦਾ ਦੇਖਦਾ, ਜਾਂ ਮੈਂ ਵੀ ਜਦੋਂ ਟ੍ਰੇਲਰ ਦੇਖਦੇ ਹਾਂ, ਇੱਕ ਵੱਖਰਾ ਜਿਹਾ ਲੱਗਦਾ, ਮਤਲਬ ਕਦੇ ਲੱਗਦਾ ਵੀ ਕੋਮੇਡੀ ਹਾਵੀ ਹੋਏਗੀ, ਕਦੇ ਲੱਗਦਾ ਲੱਗਦਾ ਇਮੋਸ਼ਨ ਹਾਵੀ ਹੋਣਗੇ, ਅਤੇ ਤੁਹਾਨੂੰ ਕੀ ਮਹਿਸੂਸ ਹੁੰਦਾ ਇਸ ਫਿਲਮ ਦੇ ਵਿੱਚ? ਮੈਂ ਜੀ ਜੇ ਸੱਚੀ ਦੱਸਾਂ, ਬਿਨਾਂ ਮਤਲਬ ਜੋ ਮੈਂ ਓਬਜ਼ਰਵ ਕੀਤਾ ਸਾਰਾ ਕੁਛ ਫਿਲਮ ਦੇਖ ਕੇ, ਹੁਣ ਤਾਂ ਮੈਂ ਵੇਖ ਹੀ ਲਈ ਹੈ, ਇਹਦੇ ਵਿੱਚ ਸਾਰੀਆਂ ਚੀਜ਼ਾਂ ਦਾ ਬੜਾ ਸੋਹਣਾ ਸੰਤੁਲਨ ਬਣਾਇਆ ਹੋਇਆ ਜੀ ਡਾਇਰੈਕਟਰ ਸਾਹਿਬ ਨੇ, ਹੈਰੀ ਭੱਟੀ ਜੀ ਕਾਬਿਲ ਡਾਇਰੈਕਟਰ ਹੈ, ਰੱਬ ਦਾ ਰੇਡੀਓ ਵੀ ਬਣਾਈ ਹੈ, ਸਰਦਾਰ ਮੁਹੰਮਦ ਵੀ ਬਣਾਈ ਹੈ, ਬਹੁਤ ਸੋਹਣੀਆਂ ਫਿਲਮਾਂ ਬਣਾਈਆਂ ਨੇ, ਸੂਝਵਾਨ ਬੰਦਾ, ਤੇ ਉਹਨੇ ਸਾਰੀਆਂ ਚੀਜ਼ਾਂ ਦਾ ਬੜਾ ਸੋਹਣਾ ਬੈਲੈਂਸ ਕੀਤਾ ਜੀ, ਬਈ ਜਿੱਦਾਂ ਜਿੱਥੇ ਲੋੜੀਂਦੀ ਹਾਸਾ ਆਉਣਾ ਗੱਲਾਂ 'ਤੇ ਉੱਥੇ ਉਹ ਆਉਂਦਾ, ਅਤੇ ਜਿੱਥੇ ਇੱਕਦਮ ਗੰਭੀਰ ਮਾਹੌਲ ਹੋ ਜਾਂਦਾ, ਸੀਰੀਅਸ ਗੱਲ ਹੋ ਜਾਂਦੀ ਹੈ, ਉੱਥੇ ਸੀਰੀਅਸ ਵੀ ਹੋ ਜਾਂਦੇ ਲੋਕ। ਮੈਂ ਸਿਨੇਮਾ ਦੇ ਮੈਂ 6 ਸ਼ੋਜ਼ ਦੇਖ ਲਏ ਜੀ ਨੇ ਆਪਣੀ ਫਿਲਮ ਦੇ ਹੁਣ ਤੱਕ, ਅਤੇ ਮੈਂ ਹਮੇਸ਼ਾ ਜੁੜ ਜਾਂਦਾ, ਮੈਂ ਵੈਸੇ ਬਹੁਤ ਛੇਤੀ ਕਿਤੇ ਜੁੜ ਨਹੀਂ ਪਾਉਂਦਾ, ਪਰ ਮੈਂ ਜੁੜ ਜਾਂਦਾ ਜੀ ਬਈ ਉਸ ਫਿਲਮ ਦੇ ਨਾਲ, ਚੱਲਦੀ ਦੇ ਨਾਲ, ਅਤੇ ਬਾਕੀ ਵੀ ਦਰਸ਼ਕ ਜੁੜ ਜਾਂਦੇ, ਕਿਉਂਕਿ ਮੈਂ ਸ਼ਾਂਤ ਮਾਹੌਲ ਦੇਖਦਾ, ਅਤੇ ਉਸ ਤੋਂ ਬਾਅਦ ਜਦੋਂ ਕੋਈ ਹਾਸੇ ਵਾਲੀ ਗੱਲ ਆਉਂਦੀ ਹੈ ਤਾਂ ਉੱਥੇ ਪੂਰਾ ਹਾਲ ਹੱਸਦਾ ਵੀ ਹੈ ਜੀ, ਅਤੇ ਮੈਨੂੰ ਇੱਦਾਂ ਲੱਗਦਾ ਕਿ ਕਿਆ ਉਹਨੇ ਬਹੁਤ ਸੋਹਣੀ ਬੁਣੀ ਹੋਈ ਹੈ ਸਾਰੀ ਫਿਲਮ। ਇਹ ਮੈਂ ਇਹ ਨਹੀਂ ਕਹਿ ਸਕਦਾ ਕਿ ਕਾਮੇਡੀ ਪ੍ਰਧਾਨ ਹੈ ਜਾਂ ਇਹਦੇ ਵਿੱਚ ਇਮੋਸ਼ਨਸ ਪ੍ਰਧਾਨ ਨੇ, ਇਹਦੇ ਵਿੱਚ ਬੜਾ ਸੋਹਣਾ ਸੰਤੁਲਨ ਬਣਾਇਆ ਹੋਇਆ ਜੀ। ਨਾਲੇ ਇਹ ਆਮ ਗੱਲ ਕਰਦੀ ਹੈ ਜੋ ਆਪਣੇ ਆਲੇ ਦੁਆਲੇ ਆਪਾਂ ਕਰਦੇ ਹਾਂ ਆਪਣੇ ਯਾਰਾਂ ਦੋਸਤਾਂ 'ਚ। ਇਸ ਫਿਲਮ ਦੀ ਸਭ ਤੋਂ ਖੂਬਸੂਰਤ ਗੱਲ ਇਹ ਹੈ ਭਾਜੀ ਕਿ ਸਾਰਾ ਕੁਛ ਹੋਣ ਤੋਂ ਬਾਅਦ ਇਹ ਇੱਕ ਬੜੀ ਸੋਹਣੀ ਗੱਲ ਕਰਦੀ ਹੈ ਕਿ ਗਲਤ ਫਹਿਮੀਆਂ ਸਾਡੇ ਵਿੱਚ ਦੂਰੀਆਂ ਦਾ ਕਾਰਨ ਗਲਤ ਫਹਿਮੀਆਂ ਬਣਦੀਆਂ ਜੀ। ਗਲਤ ਫਹਿਮੀ ਆਉਂਦੀ ਹੈ ਉਦੋਂ ਹੀ ਉਹਨੂੰ ਦੂਰ ਕਰ ਲੈਣਾ ਚਾਹੀਦਾ, ਇਹੀ ਸਮਝਦਾਰੀ ਹੈ, ਨਹੀਂ ਤਾਂ ਫਿਰ ਉਹ ਰਿਸ਼ਤੇ ਟੁੱਟ ਜਾਂਦੇ ਨੇ, ਦੂਰ ਹੋ ਜਾਂਦੇ ਨੇ, ਉਹਦੇ ਬਾਰੇ ਗੱਲ ਕਰ। ਬਹੁਤ ਵਧੀਆ ਸੁਨੇਹਾ, ਕਿਉਂਕਿ ਸਾਡੇ ਬਾਹਲੇ ਨਹੀਂ ਤਾਂ ਮੇਰੇ ਖਿਆਲ 95% ਰਿਸ਼ਤੇ ਇਹੋ ਜਿਹੇ ਨੇ, ਚਾਹੇ ਉਹ ਮੀਆਂ ਬੀਵੀ ਦਾ, ਚਾਹੇ ਭਰਾਵਾਂ ਭਰਾਵਾਂ ਦੇ, ਭੈਣਾਂ ਭਰਾਵਾਂ ਦੇ ਨੇ, 95% ਰਿਸ਼ਤੇ ਇਹੋ ਜਿਹੇ ਨੇ। ਗਲਤ ਫਹਿਮੀ ਕੋਈ ਕ੍ਰੀਏਟ ਕਰ ਦਿੰਦਾ ਰਿਸ਼ਤੇਦਾਰ, ਕੋਈ ਭੈਣ ਭਰਾ, ਅਤੇ ਉਦੋਂ ਬਾਅਦ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਕਲੀਅਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਸੋ ਬਹੁਤ ਵੱਡਾ ਸੁਨੇਹਾ। ਅੱਛਾ, ਅਸੀਂ ਜੱਟ ਟੈਂਕੇ ਦੀ ਜ਼ਰੂਰ ਸਾਡੇ ਦਰਸ਼ਕ ਜਾਣਨਾ ਚਾਹੁੰਗੇ ਵੀ ਇਹ ਕਿਹਦੀ ਖੋਜ ਸੀ ਉਸ ਫਿਲਮ ਦੇ ਵਿੱਚ, ਕਰੈਕਟਰ ਇੱਕ ਨਾਲ ਇਹ ਵੀ ਗੱਲ ਕਰਦੇ ਵੀ ਬੜਾ ਬੜਾ
सुपर डुपर हिट होया। हरीश वर्मा का कई बार बाद पता लग्या लोगों को, जब टेंका के नाम ही जानते सी क्योंकि बहुत सुपर डुपर हिट हुई थी। ये जी ये ना साढ़े डायरेक्टर साहब अनुराग सिंह भाजी उन्होंने ही खोज है। उदो मैनू बाद पता लगा ड्यूरिंग शूटिंग, उस तो पहला नहीं सी पता। जो शूटिंग करते मैनू भाजी ने दस्या अनुराग भाई ने कि ये उन्होंने असल दोस्त ने। अच्छा खड़क सिंह। हाँ जी खड़क सिंह। अच्छा ते ओ, जो ये फिल्म आई उस तो बाद शेर सिंह भाजी जेडे ओ भी बहुत खुश हो यार वधिया मुंडे ने ना मेरा मेरा करैक्टर अनुराग भाई ने भी उन्होंने उन्होंने भी सिफत की। अच्छा एक गल होर है कि जो 2000 मैं शूटिंग करता सी 11 च फिल्म की, तो मैनू यह लगता सी मैं यार एक करैक्टर पता नहीं किदा लोकी इन लैणगे दर्शक मैनू पता नहीं मैं ये काम आऊगा। मैं थोड़ा घबराउंदा पिया सी भी इस किरदार नू मैनू करना चाहिए कि नहीं, भी पता नहीं मैनू कित्थे लैके जाऊ, बट मैनू मतलब बहुत प्यार मिलिया जी। मैं इस किरदार दे सदके मैं सारिआं दे प्यार दे सदके इत्थे बैठा। टिंका ते टिंका ते प्रियंका दा बहुत वधिया तालमेल बनिया है। एक तुसीं कुड़ी एक हीरोइन जिहड़ी आ उह प्रियंका चोपड़ा वर्गी लई है, ते एक हीरोइन जिहड़ी उहदा नां ही प्रियंका ते जिहड़ी असली विचारी प्रियंका चोपड़ा तां उह देखदी होणी उह तां। चलो हरीश जी आपां नूं एक ब्रेक लैणी पैणी है, ब्रेक तो बाद फिर असीं इसे तरह गल करांगे होर 10 मिनट। तो बहुत वधिया मज़ा आ रहा हजे गल्लां, तो मैं होर अपने करनी चाहुंदा कोशिश करदे वध तों वध असीं कवर करिए गल्लां। तुसीं इस तरह नाल जुड़े हो, जिहड़े साडे दर्शक है जी घरां विच बैठे हो वी आनंद माण रहे ने प्रोग्राम दा। हरीश वर्मा जी टिंका जट जिहड़ा फिल्म है यार अनमुल्य रिटर्न्स श्री फिल्म ने बनाई है जरनैल कुमार साहब ने, बहुत वधिया सारी टीम हैगी है, बहुत सुपर डुपर हिट फिल्म जा रही है। अमेरिका के जोड़े सिनेमाघर ने वो मैं तुम्हें जरूर दस दूंगा। अगर स्टूडियो की गल करिए ट्रेसी के फिल्म लगी हुई है, बेरिए भी लगी हुई है, न्यूयॉर्क साइड भी लगी हुई है। सो कित भी आप के देखते फोन पर तो एक मिनट ही गूगल भाजी जोड़े ने दस दें सारा कुछ। सो तुम देख के जिते भी है फिल्म जरूर देखो, आनंद आएगा पूरा वधिया। तो फिर फिलहाल ब्रेक लेने, ब्रेक तो बाद फिर थोड़ी देर वास्ते आप हरीश वर्मा जी गल करा, देखते रहो जस पंजाब। ब्रेक तो बाद एक बार फिर हाजिर है जी, तो बड़ी वधिया गलबात चल रही है हरीश वर्मा जी उर्फ टिंका जट के नाल। मैं उन्होंने दोबारा जुड़न तो पहला जिहड़ियां कैलीफोर्निया की खास तौर पर मैं दस दिना, न्यूयॉर्क की तो गल करिए जमैका मल्टी कंपलैक्स जो है जमैका के उत्थे ही फिल्म लगती पंजाबी। तो कैलीफोर्निया के ट्रेसी लगी हुई है जी, तो रोजवेल सैक्रामेंटो तो अगे उत्थे लगी हुई है, बेकरफील्ड भी है, फ्रीमोंट भी है, तो होर भी कई जगह लगी हो सकती तो नेड़े तेड़े भी, पर जरूर तुम जिते भी है फिल्म जाके देखना चाहिए। हाँ जी हरीश जी की हाल चाल है जी, फिर हाजिर हो गए आप। बिल्कुल ठीक ठाक। अच्छा जी फिल्म की थोड़ी जी गल करते फिर, जिहड़ा जट टिंका तुहानू मिलिया सीगा जी, तो वह इहदे विच भी फिर नाम सेम सारा कुछ हैगा, सेम करैक्टर हैगा, तो किवें महसूस हो रहा जी फिर लगभग 10 साल बाद टिंके की वापसी जिहड़ी वड्डी स्क्रीन ते होई? बड़ी बहुत वधिया महसूस हो रहा जी सच्ची दसां, तो बहुत जिम्मेवारी सी क्योंकि यह किरदार सारिआं ने अपना समझ के इहनू अपने दलां च वसाया सी, इहनू प्यार दिता। मैं जिथे भी जाता सी भावे जिहड़े भी मुल्क जावां जिहड़े भी शहर जावां मैनू हर जगह यही कहिंदे सी भी जट टिंका ते मुड़ के क्यों नहीं तूं उह जट टिंका दा करैक्टर कीता उह फिर दुबारा करो, असीं चाहुंदे आ देखणा, ते फिर दुबारा यार अनमुल्य फिल्म बनाओ। ते ओह ओह हुण जदों लैके आए सिनेमे दे विच ते बड़ा बड़ा डर सीगा भी पता नहीं खरे उतर पावांगे कि नहीं, पर मेहनत कीती सी जी ते उह नतीजा वधिया मिलिया, उहदा नतीजा फिर दोबारा असीं कोशिश करके कामयाब हो सके हैं कि फिर दोबारा लोगों के दिलों च जगह बना सकीए दर्शकों के। बिल्कुल जी, जिहड़ा रिपीट कोई टाइटल हुंदा तो ही हुंदा, जे उहदे च पहला फिल्म सुपरहिट हुई होवे तां ही टाइटल नूं दोबारा कैश करदे आ। सो रिटर्न दा हो गया जी, फिर इहदा मतलब रिटर्न तो बाद अगर तुसीं फिल्म यह यार अनमुल्य तो भी उपर चल गई रिटर्न जिहड़ी है यार अनमुल्य रिटर्न आ, तो फिर उस तों बाद तीजा टाइटल की होएगा? कई बार तो 1-2-3 हुंदा, हुण तीजा टाइटल तो मेरे ख्याल कोई लभना पऊगा। ਮੈਨੂੰ ਅਜੇ ਤਾਂ ਇਸ ਬਾਰੇ ਬਿਲਕੁਲ। ਚਲੋ ਪਰਮਾਤਮਾ ਕਰੇ, ਪਰਮਾਤਮਾ ਕਰੇ। ਸੋ ਮੁੱਕਦੀ ਗੱਲ ਇਹ ਹੈ ਜੀ, ਤੁਸੀਂ ਸਮਝਦੇ ਹੋ ਫਿਲਮ ਦੀ ਓਪਨਿੰਗ ਜਿਹੜੀ ਮਿਲੀ ਹੈ ਉਹਦੇ ਨਾਲ ਤੁਹਾਡੀ ਸਾਰੀ ਟੀਮ ਕਹਿ ਲਓ, ਤੁਸੀਂ ਕਹਿ ਲਓ, ਸਭ ਦੀ ਮਿਹਨਤ ਦਾ ਮੁੱਲ ਜਿਹੜਾ ਮੁੜ ਗਿਆ ਮਹਿਸੂਸ ਕਰਦੇ ਹੋ? ਮੈਂ ਸੱਚੀ ਦੱਸਾਂ ਜੀ, ਜਿੱਦਾਂ ਪਹਿਲਾਂ ਦੱਸਿਆ ਬਈ ਕੁਛ ਕੋਵਿਡ ਕਰਕੇ ਬਹੁਤ ਸਾਰੀਆਂ ਸਾਡੇ ਪ੍ਰੋਡਿਊਸਰ ਸਾਹਿਬ ਅਦਮਿਆ ਜੀ ਸ਼੍ਰੀ ਫਿਲਮ ਵਾਲੇ ਉਹ ਅਮਨਦੀਪ ਸਿਹਾਗ ਜੀ ਇਹਨਾਂ ਨੇ ਬੈਠ ਕੇ ਸਲਾਹ ਕੀਤੀ ਇਹਨਾਂ ਨੂੰ ਮਤਲਬ ਜੋ ਵੀ ਇਹਨਾਂ ਦਾ ਸਟ੍ਰੈਟੇਜੀ ਰਹੀ ਸੀਗੀ ਜੋ ਵੀ ਪ੍ਰਮੋਸ਼ਨ ਦਾ ਇਹਨਾਂ ਦਾ ਪਲਾਨ ਰਿਹਾ ਸੀ ਉਹਦੇ ਵਿੱਚ ਇਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਵਿਚਾਰ ਕਰਕੇ ਇੱਕ ਪਲਾਨ ਬਣਾਇਆ ਸੀ ਜੀ ਜੋ
ਸਾਡੇ ਪ੍ਰੋਡਿਊਸਰ ਸਾਹਿਬ ਨੂੰ ਸੈਟੀਸਫਾਈ ਕਰਦਾ ਸੀ। ਮੈਂ ਉਸ ਦੇ ਬੇਸ ਦੇ ਉੱਤੇ ਜੋ ਵੀ ਨਤੀਜਾ ਮਿਲਿਆ ਸਾਨੂੰ, ਫਿਰ ਮੈਂ ਦੱਸਿਆ ਜਿੱਦਾਂ ਭਾਰਤ ਦੇ ਵਿੱਚ ਕਈ ਜਗ੍ਹਾਵਾਂ ਤੇ ਪੰਜਾਬ 'ਚ ਮੀਂਹ ਦਾ ਵੀ ਰਿਹਾ, ਉਦੋਂ ਮੀਂਹ ਕਰਕੇ ਵੀ ਲੋਕੀ ਘੱਟ ਆਏ, ਬਟ ਸਾਡੇ ਪ੍ਰੋਡਿਊਸਰ ਸਾਹਿਬ ਖੁਸ਼ ਨੇ ਜੀ ਇਸ ਗੱਲ ਨੂੰ ਲੈ ਕੇ ਕਿ ਫਿਲਮ ਨੇ ਵਧੀਆ ਕੀਤਾ। ਐਸੇ ਕਰਕੇ ਉਹ ਹੋਰ ਹੁਣ ਅੱਜ ਦੇ ਸਮੇਂ ਵਿੱਚ ਹੋਰ ਜ਼ੋਰ ਲਾਉਣਾ ਚਾਹੁੰਦੇ ਨੇ ਸਾਨੂੰ ਕਹਿ ਰਹੇ ਨੇ, ਅਤੇ ਅਸੀਂ ਤਾਂ ਬਿਲਕੁਲ ਨਾਲ ਆ ਉਹਨਾਂ ਦੇ। ਮੈਂ ਸਭ ਤੋਂ ਵੱਡੀ ਗੱਲ ਇਹ ਕਹਿੰਦਾ ਕਿ ਜਿੱਦਾਂ ਅਸੀਂ ਫਿਲਮਾਂ ਕਰਦੇ ਹਾਂ ਉਹਨਾਂ ਫਿਲਮਾਂ ਦਾ ਨਤੀਜਾ ਵਧੀਆ ਹੀ ਆਵੇ, ਉਸ ਮਿਹਨਤ ਨੂੰ ਕਬੂਲ ਕੀਤਾ ਜਾਵੇ ਦਰਸ਼ਕਾਂ ਵੱਲੋਂ। ਹਾਂ, ਬਸ਼ਰਤੇ ਫਿਲਮ ਵਧੀਆ ਹੋਵੇ, ਕੰਮ ਵਧੀਆ ਹੋਵੇ, ਸੋ ਦੈਟ ਸਾਡੇ ਪ੍ਰੋਡਿਊਸਰਸ ਜਿਉਂਦੇ ਰਹਿਣ, ਉਹ ਮੁੜ ਕੇ ਫਿਰ ਫਿਲਮਾਂ ਬਣਾ ਸਕਣ, ਪ੍ਰੋਡਿਊਸਰ ਦੇ ਤੌਰ ਤੇ ਰਹਿਣ, ਤਾਂ ਕਿ ਉਹਨਾਂ ਦਾ ਜਿਹੜਾ ਮੋਰਾਲ ਹੈ, ਜੋ ਉਹਨਾਂ ਦਾ ਮਨ ਹੈ, ਉਹ ਇਸ ਤੋਂ ਟੁੱਟੇ ਨਾ। ਫਿਰ ਉਹ ਇਸੇ ਤੇ ਨਿਰਭਰ ਕਰਦਾ ਕਿ ਫਿਲਮ ਵਧੀਆ ਹੋਵੇ ਤੇ ਦਰਸ਼ਕ ਹਮਾ ਕੇ ਪਹੁੰਚਣ ਸਿਨੇਮਿਆਂ ਦੇ ਵਿੱਚ। ਬਿਲਕੁਲ ਜੀ, ਫਿਲਮ ਦੀ ਮਾਊਥ ਪਬਲਿਸਿਟੀ ਜਿਹੜੀ ਹੈ ਉਹ ਜ਼ਰੂਰ ਅੱਗੇ ਹੋਰ ਖਿੱਚ ਕੇ ਆਏਗੀ। ਹਾਊਸਫੁੱਲ ਦੇ ਬਹੁਤ ਜਗ੍ਹਾ ਸਾਈਨ ਆਏ ਦੇਖੇ ਮੈਂ। ਚਲੋ, ਬਹੁਤ ਵਧੀਆ ਗੱਲ ਹੈ, ਬਹੁਤ ਬਹੁਤ ਸ਼ੁਭਕਾਮਨਾਵਾਂ ਸਾਡੀ ਜਸ ਪੰਜਾਬੀ ਸਾਰੀ ਟੀਮ ਵੱਲੋਂ ਤੁਹਾਨੂੰ। ਅਤੇ ਨਾਲ ਦੀ ਨਾਲ ਥੋੜ੍ਹੀ ਜਿਹੀ ਗੱਲ ਹੋਰ ਕਰਨੀ ਚਾਹਾਂਗੇ, ਤੁਸੀਂ ਫਿਲਮ ਤੁਹਾਡੀ ਪਹਿਲੀ ਆਈ ਸੀ ਪੰਜਾਬਣ, ਰਾਈਟ? ਹਾਂਜੀ। ਫਿਰ ਦੂਜੀ ਇਹ ਆਈ ਸੀ ਤੇ ਜਿਹੜੀ ਜਿਹਦੇ ਤੋਂ ਤੁਸੀਂ ਪੂਰੀ ਤਰ੍ਹਾਂ ਸਟੈਬਲਿਸ਼ ਹੋ ਗਏ, ਸਥਾਪਿਤ ਹੋ ਗਏ। ਫਿਰ 2016 ਦੇ 2017-16 ਦੇ ਵਿੱਚ 2016 ਦੇ ਵਿੱਚ ਤੁਸੀਂ ਫਿਰ ਗੀਤ ਕੱਢਿਆ ਸੀ, ਇੱਕ ਵਾਰੀ ਫਿਰ ਸੋਚ ਲੈ, ਇੱਕ ਵਾਰੀ ਹੋਰ ਸੋਚ ਲੈ, ਹੋਰ ਸੋਚ ਲੈ। ਅਤੇ ਉਹ ਕੀ ਫਿਲਮਾਂ ਦੇ ਵਿੱਚ ਕੋਈ ਕਮੀ ਰਹਿ ਗਈ ਸੀ ਤਾਂ ਗਾਇਕੀ ਵਾਲੇ ਪਾਸੇ ਆਏ ਕਿਉਂ ਆਏ ਫਿਰ ਕਿ ਸ਼ੌਕ ਸੀ? ਦਰਅਸਲ ਗੱਲ ਕੀ ਸੀ ਜੀ, ਮੈਂ ਜਦੋਂ ਛੋਟਾ 6ਵੀਂ ਕਲਾਸ ਸੀਗਾ ਉਦੋਂ ਮੈਂ ਪਹਿਲੀ ਸਟੇਜ ਤੇ ਐਜ਼ ਸਿੰਗਰ ਹੀ ਚੜਿਆ ਸੀ। ਅੱਛਾ। ਮੈਂ ਗਾਇਆ ਸੀ ਸਭ ਤੋਂ ਪਹਿਲਾਂ ਸਟੇਜ ਦੇ ਉੱਤੇ ਚੜ ਕੇ ਸਕੂਲ 'ਚ, ਫਿਰ ਮੈਂ ਹੋਰ ਮਹਿਫਲਾਂ 'ਚ, ਸਕੂਲ ਦੇ ਹੋਰ ਫੰਕਸ਼ਨਾਂ 'ਚ ਗਾਉਂਦਾ ਸੀ, ਹੈਨਾ। ਮੈਂ ਇਹਦੀ ਕੋਈ ਫੋਰਮਿੰਗ ਨਹੀਂ ਲਈ ਜੀ। ਫਿਰ ਚੱਲਦੇ ਚੱਲਦੇ ਅੱਗੇ ਗੁਰਸ਼ਰਨ ਭਾਜੀ ਹੋਰਾਂ ਨਾਲ ਮੇਰੀ ਮੁਲਾਕਾਤ ਹੋਈ, ਸਰਦਾਰ ਗੁਰਸ਼ਰਨ ਸਿੰਘ, ਭਾਈ ਮੰਨਾ ਸਿੰਘ ਹੋਰਾਂ ਨਾਲ। ਫਿਰ ਉਹਨਾਂ ਦੀ ਸ਼ਖਸੀਅਤ ਨੇ ਬਹੁਤ ਪ੍ਰਭਾਵਿਤ ਕੀਤਾ, ਉਹਨਾਂ ਦੀ ਗੱਲਬਾਤ ਨੇ। ਉਦੋਂ ਫਿਰ ਮੈਂ ਨਾਟਕਾਂ 'ਚ ਪੈ ਗਿਆ ਜੀ, ਥੀਏਟਰ ਕਰਨ। ਥੀਏਟਰ ਕਰਦੇ ਕਰਦੇ ਫਿਰ ਮੈਨੂੰ ਉਹ ਗੱਲਾਂ, ਉਹ ਅੰਦਾਜ਼, ਉਹ ਥੀਏਟਰ ਦੇ ਵਿੱਚ ਬੋਲਣਾ, ਐਕਟਿੰਗ ਕਰਨੀ, ਉਹ ਹਾਲਾਂਕਿ ਮੈਨੂੰ ਬਚਪਨ ਤੋਂ ਹੀ ਇਹਦੇ ਵੱਲ ਨੂੰ ਰੁਝਾਨ ਸੀ ਮੇਰਾ, ਐਕਟਿੰਗ ਵੱਲ ਨੂੰ, ਤੇ ਉਹ ਫਿਰ ਮੈਨੂੰ ਇੱਕਦਮ ਉਹਨੇ ਕਲਿੱਕ ਹੋ ਗਈ ਜੀ। ਉਹ ਫਿਰ ਮੈਂ ਥੀਏਟਰ ਕਰਨਾ ਸ਼ੁਰੂ ਕਰਤਾ ਗੁਰਸ਼ਰਨ ਭਾਈ ਨਾਲ। ਫਿਰ ਸਿੰਗਿੰਗ ਵੱਲੋਂ ਜਾਂ ਗਾਇਕੀ ਵੱਲੋਂ ਫਿਰ ਮੈਂ ਧਿਆਨ ਹਟ ਕੇ ਐਕਟਿੰਗ ਵੱਲ ਨੂੰ ਆ ਗਿਆ ਜੀ। ਤੇ ਗੁਰਸ਼ਰਨ ਭਾਜੀ ਹੋਰਾਂ ਦਾ ਮਕਸਦ ਜੋ ਸੀ ਬਈ ਲੋਕਾਂ 'ਚ ਅਵੇਅਰਨੈਸ ਫੈਲਾਉਣੀ, ਪਿੰਡ-ਪਿੰਡ, ਮੈਂ ਉਹਨਾਂ ਦੇ ਵਿੱਚ ਵੀ ਮੈਂ ਬਿਲਕੁਲ ਸ਼ਾਮਿਲ ਹੋਣ ਲੱਗ ਪਿਆ ਪੂਰੇ ਆਪਣੇ ਮਨ ਨਾਲ। ਤੇ ਫਿਰ ਗਾਇਕੀ ਵੱਲੋਂ ਹਟ ਕੇ ਇੱਧਰ ਨੂੰ ਆ ਗਿਆ, ਫਿਰ ਐਕਟਰ ਬਣਨਾ ਹੋ ਗਿਆ, ਐਕਟਰ ਬਣਨਾ। ਫਿਰ ਜਦੋਂ ਯਾਰਨ ਮੁੱਲੇ ਆਈ, ਫਿਰ ਅਨੁਰਾਗ ਭਾਈ ਨਾਲ ਮੇਰੀ ਵਧੀਆ ਦੋਸਤੀ ਹੋਈ, ਤੇ ਫਿਰ ਅਸੀਂ ਉਸ ਤੋਂ ਪਹਿਲਾਂ ਹਰੀਸ਼ ਜੀ, ਸੋਰੀ ਮੈਂ ਤੁਹਾਡੀ ਗੱਲ ਕੱਟ ਰਿਹਾ, ਪੰਜਾਬਣ ਦਾ ਸਵਾਬ ਕਿਵੇਂ ਬਣਿਆ? ਉਹ ਵਿੱਚੋਂ ਸਲਿਪ ਹੋ ਗਿਆ ਪੰਜਾਬ? ਮੈਂ ਜਦੋਂ ਕਲਰਸ ਚੈਨਲ ਦਾ ਇੱਕ ਸੀਰੀਅਲ ਕਰਦਾ ਸੀ, ਨਾ ਆਨਾ ਇਜ਼ ਇਸ ਲਾਡੋ, ਉਸ ਵੇਲੇ ਮੈਨੂੰ ਅਪਰੋਚ ਕੀਤਾ ਗਿਆ ਸੀ ਡਾਇਰੈਕਟਰ ਸਾਹਿਬ ਵੱਲੋਂ, ਗੌਰਵ ਤ੍ਰਿਹਾਨ ਜੀ ਨੇ, ਡਾਇਰੈਕਟਰ ਕੈਟਰੈਕ ਕੰਪਨੀ ਦਾ ਮਾਲਕ, ਤੇ ਉਹਨਾਂ ਵੱਲੋਂ ਅਪਰੋਚ ਕੀਤਾ ਗਿਆ ਕਿ ਇੱਕ ਫਿਲਮ ਬਣਾਉਣ ਲੱਗੇ ਹਾਂ, ਉਹਦੇ ਵਿੱਚ ਅਸੀਂ ਏਦਾਂ ਦਾ ਕਿਰਦਾਰ ਚਾਹੁੰਦੇ ਹਾਂ ਜਿਹੜਾ ਦੇਖਣ 'ਚ ਭੋਲਾ ਜਿਹਾ ਹੋਵੇ ਤੇ ਪਰ ਹੋਵੇ ਅੰਦਰੋਂ ਦੀ ਸ਼ੈਤਾਨ। ਹਰੀਸ਼ ਵਰਮਾ ਹੀ ਦੱਸਿਆ ਠੀਕ ਹੈ ਬਣਿਆ ਜੀ। ਉਸ ਤੋਂ ਬਾਅਦ ਯਾਰਨ ਮੁੱਲੇ ਫਿਲਮ ਦਾ ਸਬੱਬ ਇੱਦਾਂ ਬਣਿਆ ਵੀ ਜਿਹੜਾ ਮੈਂ ਸੀਰੀਅਲ ਕਰਦਾ ਸੀ ਉਹਦੇ 'ਚ ਅਨੁਰਾਗ ਭਾਜੀ ਹੋਰਾਂ ਦੇ ਵਾਈਫ ਮਧੁਰਜੀਤ ਸਰਗੀ, ਜੋ ਕਿ ਜਲੰਧਰ ਤੋਂ ਨੇ, ਥੀਏਟਰ ਤੋਂ ਨੇ, ਉਹਨਾਂ ਨਾਲ ਮੇਰੀ ਅੱਛੀ ਹੋ ਗਈ ਸੀ, ਉਹਨਾਂ ਨਾਲ ਬੋਂਡਿੰਗ ਮੇਰੀ। ਫਿਰ ਭਾਜੀ ਹੋਰਾਂ ਨਾਲ ਮੁਲਾਕਾਤ ਹੋਈ, ਫਿਰ ਭਾਜੀ ਨੇ ਉਹ ਕਿਰਦਾਰ ਸੋਚਿਆ ਕਿ ਮੈਂ ਇਸ ਤੋਂ ਕਰਾਉਣਾ, ਉਹਨਾਂ ਨੂੰ ਪਤਾ ਨਹੀਂ ਅਨੁਰਾਗ ਭਾਈ ਨੂੰ ਵੀ ਸ਼ਾਇਦ ਮੇਰੀ ਉਹ ਸ਼ਖਸੀਅਤ, ਮੇਰੀ ਪਰਸਨੈਲਿਟੀ ਠੀਕ ਲੱਗੀ ਜਾਂ ਕਿੱਦਾਂ, ਤੇ ਉਹ ਕਹਿੰਦੇ ਵੀ ਇਹ ਮੁੰਡਾ ਕੰਮ ਵੀ ਠੀਕ ਕਰਦਾ, ਸੀਰੀਅਲ ਦੇਖਦੇ ਸੀ, ਵਾਈਫ ਕਰਕੇ ਦੇਖਣਾ ਪੈਂਦਾ ਸੀ ਉਹਨਾਂ ਨੂੰ ਜੀ। ਮੈਨੂੰ ਉਹ ਫਿਲਮ ਮਿਲੀ, ਹਾਲਾਂਕਿ ਮੈਂ ਯਾਰਨ ਮੁੱਲੇ ਲਈ ਆਡੀਸ਼ਨ ਦਿੱਤਾ ਸੀ ਜੀ, ਪੰਜਾਬਣ ਫਿਲਮ ਤੋਂ ਬਾਅਦ ਵੀ, ਟੈਲੀਵਿਜ਼ਨ ਕਰਨ ਤੋਂ ਬਾਅਦ ਵੀ ਉਹਨਾਂ ਨੇ ਮੇਰਾ ਆਡੀਸ਼ਨ ਕਰਕੇ ਦੇਖਿਆ ਸੀ ਪਹਿਲਾਂ। ਅੱਛਾ। ਤੇ ਫਿਰ ਜਦੋਂ ਮੈਂ ਸਿੰਗਿੰਗ ਦੀ ਗੱਲ ਕਰਦਾ ਸੀ, ਫਿਰ ਮੈਨੂੰ ਆਲੇ ਦੁਆਲੇ ਤੋਂ ਵੀ ਤੇ ਮੈਨੂੰ ਵੀ ਲੱਗਾ ਕਿ ਚੱਲ ਮੈਂ ਗਾ ਕੇ ਦੇਖਾਂ ਬਈ, ਜੇ ਮੈਂ ਮਿਹਨਤ ਕਰਾਂ ਤੇ ਗਾ ਕੇ ਦੇਖਾਂ ਤੇ ਜੇ ਕੀ ਪਤਾ ਗੱਲ ਬਣ ਜੇ। ਅਨੁਰਾਗ ਭਾਈ ਨਾਲ ਜ਼ਿਕਰ ਕੀਤਾ, ਭਾਜੀ ਕਹਿੰਦੇ ਕਿ ਦੇਖ ਲਾ ਜੇ ਤੈਨੂੰ ਠੀਕ ਲੱਗਦਾ। ਫਿਰ ਉਹਨਾਂ ਨੂੰ ਸੁਣਾਇਆ, ਉਹ ਕਹਿੰਦੇ ਠੀਕ ਆ ਉਹਨਾਂ ਯਾਰ। ਅੱਛਾ। ਫਿਰ ਉਹ ਕਹਿੰਦੇ ਚੱਲ, ਫਿਰ ਮੈਂ ਉਹਨੂੰ ਰਿਕੁਐਸਟ ਕੀਤੀ ਕਿ ਭਾਜੀ ਵੀਡੀਓ ਤੁਸੀਂ ਬਣਾ ਦਿਓ, ਫਿਰ ਉਹਨਾਂ ਨੇ ਵੀਡੀਓ ਬਣਾਈ, ਇੱਕ ਵਾਰੀ ਹੋਰ ਸੋਚ ਲਈ, ਉਹ ਬੜਾ ਪਸੰਦ ਆਇਆ ਜੀ ਗਾਣਾ, ਉਸ ਲਈ ਵੀ ਬੜਾ ਧੰਨਵਾਦੀ ਆ। ਬਹੁਤ ਵਧੀਆ। ਤੇ ਹਜੇ ਫਿਲਮਾਂ ਦੇ ਵਿੱਚ ਗਾਇਆ ਕਿਸੇ ਫਿਲਮ ਦੇ ਵਿੱਚ? ਮੈਂ ਫਿਲਮਾਂ ਦੇ ਵਿੱਚ ਜੀ ਐਵੇਂ, ਮੈਂ ਸੱਚੀ ਦੱਸਾਂ, ਮੈਨੂੰ ਗਾਣਾ, ਮੇਰੇ ਲਈ ਗਾਣਾ ਇੱਕ ਲਿਮਿਟਿਡ ਕੰਮ ਹੈ, ਮੈਂ ਐਵੇਂ ਧੱਕੇ ਨਾਲ ਨਹੀਂ ਗਾਉਣਾ ਚਾਹੁੰਦਾ। ਮੈਨੂੰ ਐਂ ਲੱਗਦਾ ਕਿ ਗਾਣਾ ਨਿਭਾਇਆ ਜਾਊਗਾ ਜਾਂ ਮੈਂ ਕਿਤੇ ਕੁਛ ਨਿਆਂ ਕਰ ਸਕੂੰ ਗਾਣੇ ਨਾਲ, ਫੇਰ ਹੀ ਗਾਉਣਾ। ਹਾਲਾਂਕਿ ਇਸ ਫਿਲਮ 'ਚ ਯਾਰ, ਮੇਰੇ ਪ੍ਰੋਡਿਊਸਰਸ ਕਹਿੰਦੇ ਨੇ ਵੀ ਤੁਸੀਂ ਗਾ ਦਿਓ ਫਿਲਮ ਦੇ ਵਿੱਚ, ਮੈਂ ਕਹਿੰਦਾ ਕਿ ਨਹੀਂ, ਮੈਂ ਜੇ ਗਾ ਸਕੂੰਗਾ ਮੈਂ ਤਾਂ ਹੀ ਗਾਊਂਗਾ,
अननेसेसरली मैं इस करके भी मैं गा लैना जां मैं गाने कीते ने ते मैं इस भी गाना मैं उदा नहीं गाना चाहना। आ जिदा हुण जी यारन मुले रिटर्न्स दे विच जिहड़ा जट टिंका गाना वह राज रणजोत होरां दा लिखिया ते उहनां दी आवाज़ च फिल्माया गया। प्रोड्यूसर चाहुंदे सी कि मैं गावां। अच्छा। पर उह राज वीरे ने बहुत सोहणा न्याय कीता गाने नाल। उहनां दी आवाज़ आपां सारे ही मरीद हां उहनां दी आवाज़ दे। उहनां ने बहुत सोहणा गाया जी ਤੇ ਮੈਂ ਕਿਹਾ ਉਹ ਜਿੰਨਾ ਸੋਹਣਾ ਉਹ ਗਾ ਸਕਦੇ ਉਨਾ ਸੋਹਣਾ ਮੈਥੋਂ ਨਹੀਂ ਗਾਇਆ ਜਾਣਾ ਇਸ ਕਰਕੇ ਉਹਨਾਂ ਨੇ। ਚਲੋ ਜੀ ਅਸੀਂ ਜ਼ਰੂਰ ਜਾਣ ਤੋਂ ਪਹਿਲਾਂ ਦੋ ਲਾਈਨਾਂ ਇਹਦੀਆਂ ਜ਼ਰੂਰ ਸੁਣਾਂਗੇ ਤੁਹਾਡੇ ਕੋਲੋਂ ਅਤੇ ਫਿਰ ਤੁਸੀਂ ਹੁਣ ਲਗਭਗ 5 ਸਾਲਾਂ 'ਚ 5 ਕੀ ਗਾਣੇ ਕੱਢੇ ਅਤੇ ਉਦੋਂ ਬਾਅਦ 2019 ਤੋਂ ਬਾਅਦ ਤਾਂ ਕੋਈ ਟਰੈਕ ਨਹੀਂ ਆ ਤੁਹਾਡਾ। ਮੈਂ ਜੀ ਹਾਂ ਭਾਅ ਜੀ ਕਾਰਨ ਫਿਰ ਉਹੀ ਹੈ ਨਾ ਵੀ ਮੈਂ ਕਿਉਂਕਿ ਮੈਂ ਇਹਦੀ ਕੋਈ ਟ੍ਰੇਨਿੰਗ ਨਹੀਂ ਲਈ ਗਾਣਿਆਂ ਦੀ। ਮੈਂ ਬਸ ਇਹ ਮੈਨੂੰ ਚੰਗਾ ਲੱਗਦਾ ਮੈਨੂੰ ਲੱਗਦਾ ਕਿ ਨਿਭਾਇਆ ਜਾਊਗਾ ਫਿਰ ਮੈਂ ਗਾਣਾ ਗਾ ਲੈਣਾ ਹੁੰਦਾ। ਮੇਰੇ ਕੋਲੇ 2-3 ਗਾਣੇ ਅਜੇ ਪਏ ਨੇ ਤਿਆਰ ਜਿਨ੍ਹਾਂ ਨੂੰ ਮੈਂ ਮਿਹਨਤ ਕਰਕੇ ਕੱਢੂੰਗਾ ਤੇ ਟਾਈਮ ਚਾਹੀਦਾ ਉਹ ਛੇਤੀ ਹੀ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਪੇਸ਼ ਕਰੂੰਗੀ। ਚਲੋ ਅਤੇ ਮੇਰੇ ਖਿਆਲ ਮੈਨੂੰ ਲੱਗਿਆ ਸੀ ਕਿਤੇ ਪਤਾ ਵੀ ਆਹ ਜਿਹੜੀ ਤੁਹਾਡੀ ਫਿਲਮ ਬਹੁਤ ਸੁਪਰ ਡੁਪਰ ਹੋਈ ਸੀ ਉਹ ਵੱਖਰੀ ਤਰ੍ਹਾਂ ਦੀ ਗੋਲਕ ਬੁਗਨੀ ਬੈਂਕ ਤੇ ਬਟੂਆ ਉਹ ਵੀ ਆ ਰਹੀ ਵਾਪਸ। ਹਾਂਜੀ ਹਾਂਜੀ ਗੋਲਕ ਬੁਗਨੀ ਬੈਂਕ ਬਟੂਆ 2 ਵੀ ਆ ਰਹੀ ਹੈ ਜੀ। ਰਿਦਮ ਬੋਇਜ਼ ਦੀ ਪੇਸ਼ਕਸ਼ ਹੈ ਇਹ ਤੇ ਉਹਨਾਂ ਦਾ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਕਮਾਲ ਦਾ ਕੰਮ ਹੁੰਦਾ। ਬਿਲਕੁਲ ਮੈਂ ਉਹਨਾਂ ਨਾਲ ਫਿਲਮਾਂ ਕੀਤੀਆਂ ਨੇ ਉਹ ਉੱਥੇ ਫਿਲਮ ਕਰਕੇ ਜੋ ਤਸੱਲੀ ਹੁੰਦੀ ਹੈ ਐਜ਼ ਐਕਟਰ ਤੇ ਮਤਲਬ ਹਰ ਪੱਖੋਂ ਉਹ ਮੈਂ ਹੀ ਜਾਣਦਾ ਤੇ ਹੁਣ ਮੈਨੂੰ ਗੋਲਕ ਬੁਗਨੀ ਬੈਂਕ ਬਟੂਆ 2 ਉਹਨੂੰ ਵੀ ਬੜਾ ਪਿਆਰ ਮਿਲਿਆ ਸੀ ਜੀ। ਐਤਕੀ ਫਿਲਮ ਬਣੀ ਆ ਉਹ ਮੈਂ ਉਸ ਲਈ ਵੀ ਬੜਾ ਬੇਕਰਾਰ ਹੈ ਕਿ ਕਦੋਂ ਸਿਨੇਮਾ 'ਚ ਰਿਲੀਜ਼ ਹੋਵੇ ਉਹ ਛੇਤੀ ਕਰਾਂਗੇ। ਹਾਂਜੀ ਕਿਉਂਕਿ ਉਹਦੇ ਵਿੱਚ ਵੀ ਉਹ ਬਿਲਕੁਲ ਵੱਖਰਾ ਕਨਸੈਪਟ ਸੀ ਉਦੋਂ ਬਹੁਤ ਵਧੀਆ ਕਨਸੈਪਟ ਚੱਕਿਆ ਸੀਗਾ ਇਹ ਨੋਟਬੰਦੀ ਵਾਲਾ ਅਤੇ ਹੁਣ ਵੀ ਕੁਛ ਵੱਖਰਾ ਉਹਦੇ 'ਚ ਹੋਏਗਾ ਕਿਉਂਕਿ ਨੋਟਬੰਦੀ ਤਾਂ ਹੁਣ ਪੁਰਾਣੀ ਹੋ ਗਈ। ਅਤੇ ਅੱਛਾ ਹਰੀ ਜੀ ਆਪਾਂ ਵਿਦਾ ਲੈਣ ਤੋਂ ਪਹਿਲਾਂ ਕੋਈ ਹੋਰ ਕੋਈ ਪ੍ਰੋਜੈਕਟ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੋ ਤੁਸੀਂ ਆਉਣ ਵਾਲਾ? ਜਿੱਦਾਂ ਤੁਸੀਂ ਭਾਅ ਜੀ ਜ਼ਿਕਰ ਕੀਤਾ ਆਪ ਹੀ ਕਿ ਗੋਲਕ ਬੁਗਨੀ ਬੈਂਕ ਬਟੂਆ ਵੀ ਰੈਡੀ ਹੈ ਪਾਰਟ 2 ਬਣ ਕੇ ਤੇ ਉਹ ਆਉਣੀ ਹੈ ਤੇ 1-2 ਹੋਰ ਪ੍ਰੋਜੈਕਟਸ ਨੇ ਉਹ ਆਉਣ ਵਾਲੇ 10 ਦਿਨਾਂ ਦੇ ਵਿੱਚ ਹੀ ਉਹਨਾਂ ਦੀ ਅਨਾਊਂਸ ਜੀ ਤੇ ਫਿਰ ਜਦੋਂ ਦੁਬਾਰਾ ਤੁਹਾਡੇ ਮੈਂ ਕੋਲੇ ਆਊਂਗਾ ਮੈਂ ਜ਼ਰੂਰ ਇਹਦੇ ਬਾਰੇ ਜ਼ਿਕਰ ਕਰੂੰਗਾ। ਬਿਲਕੁਲ ਤੇ ਅਖੀਰ ਦੇ ਵਿੱਚ ਹੈ ਇਸ ਵਕਤ ਤੁਹਾਡੇ ਬਾਹਲਾ ਹਜੇ ਚਾਹ ਚੂ ਪੀ ਲਈ ਤੇ ਜੇ 2 ਲਾਈਨਾਂ ਮਨ ਹੈਗਾ ਤੇ ਸੁਣਾ ਦਿਓ ਸਾਡੇ ਦਰਸ਼ਕਾਂ ਨੂੰ ਬੜਾ ਵਧੀਆ ਲੱਗੂ। ਹਾਂਜੀ ਮੈਂ ਆਪਣੀ ਫਿਲਮ ਦਾ ਹੀ ਗੀਤ ਸੁਣਾਉਣਾ ਜਿਹੜਾ ਰਾਜ ਰੰਜੋ ਨੇ ਗਾਇਆ ਮੇਰੇ ਲਈ। ਉਸ ਗਾਣੇ ਕਾਫੀ ਪਸੰਦ ਕੀਤਾ ਜਾਂਦਾ ਫਿਲਮ ਦੇ ਵਿੱਚ ਵੀ ਕਾਫੀ ਪਸੰਦ ਕੀਤਾ ਜਾਂਦਾ। ਜੀ ਬਿਲਕੁਲ ਬਹੁਤ ਵਧੀਆ ਗੀਤ। ਹਾਂਜੀ ਉਹਦੇ 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 ਬੋਲ ਨੇ ਜੀ ਹੋ ਸੋਹਣੀ ਪਰਿੰਕਾ ਜੱਟ ਨੀ ਟਿੰਕਾ ਮਰ ਗਿਆ ਰੰਗ ਗੁਲਾਬੀ ਤੇ ਲਵ ਜੁਨੀ ਹਰਿਆਣੇ ਵਾਲੀਏ ਕਹਿਣਾ ਜੱਟ ਪੰਜਾਬੀ ਨੇ ਹੋ ਆਈ ਨੇ ਜੀ ਦੋ ਕਮਾਲ ਕੰਬੀਨੇਸ਼ਨ ਤੇ ਉਹ ਫਿਰ ਹੀਰੋਇਨ ਥੱਪੜ ਐਕਟ ਵੀ ਮਾਰਦੀ ਕਿ ਜ਼ਿਆਦਾ ਮਾਰੇ ਫਿਲਮ ਦੇ ਵਿੱਚ ਉਹਨੇ ਕਿੱਦਾਂ ਜੀ ਫਿਲਮ ਦੇ ਵਿੱਚ ਹੀਰੋਇਨ ਨੇ ਪ੍ਰਿੰਕਾ ਨੇ ਥੱਪੜ ਐਕਟ ਹੀ ਮਾਰਿਆ ਕਿ ਜ਼ਿਆਦਾ ਮਾਰੇ ਆ ਨਜ਼ਰ ਆ ਰਿਹਾ ਮੈਂ ਵੇਖ ਕੇ ਫਿਰ ਵੀ ਗੱਲ ਕਰੂੰਗਾ ਤੁਹਾਡੇ ਨਾਲ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਨਾਲ ਜੁੜਨ ਵਾਸਤੇ ਗੱਲਬਾਤ ਕਰਨ ਵਾਸਤੇ ਵੈਸੇ ਵੀ ਤੁਸੀਂ ਬਹੁਤ ਪਿਆਰੇ ਇਨਸਾਨ ਹੋ ਬਹੁਤ ਜ਼ਿਆਦਾ ਤੇ ਸਾਡੇ ਇੱਥੋਂ ਸਟੂਡੀਓ ਦੇ ਕੋਲੋਂ ਹੋ ਕੇ ਮੁੜ ਗਏ ਹੁਣ ਦੁਬਾਰਾ ਆਏ ਤਾਂ ਸਟੂਡੀਓ ਜ਼ਰੂਰ ਆਇਓ। ਨਹੀਂ ਮੈਂ ਆਊਂਗਾ ਜੀ ਜ਼ਰੂਰ ਆਊਂਗਾ ਭਾਜੀ। ਠੀਕ ਹੈ ਤੁਸੀਂ ਆਪਣਾ ਸਿੱਧਾ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਫੇਰ ਤੋਂ ਜੀ ਧਿਆਨ ਰੱਖਿਓ। ਥੈਂਕ ਯੂ ਬਹੁਤ ਮਿਹਰਬਾਨੀ ਲਓ ਜੀ ਜੱਟ ਟਿੰਕਾ ਜੀ ਜੁੜੇ ਸੀਗੇ ਬਹੁਤ ਮਜ਼ੇਦਾਰ ਗੱਲਾਂ ਹੋਈਆਂ ਹਜੇ ਭਾਵੇਂ ਘੰਟਾ ਹੋਰ ਗੱਲਾਂ ਕਰਦੇ ਰਹੀਏ ਤਾਂ ਸਮਾਂ ਤਾਂ ਵੀ ਥੋੜ੍ਹਾ ਸੀ ਬਹੁਤ ਸਾਰੀਆਂ ਗੱਲਾਂ ਹਜੇ ਰਹਿ ਗਈਆਂ ਬਹੁਤ ਸਾਰੇ ਸਵਾਲ ਹਜੇ ਰਹਿ ਗਏ ਪਰ ਚਲੋ ਫਿਰ ਆਪਾਂ ਦੁਬਾਰਾ ਫਿਰ ਇਹਨਾਂ ਨੂੰ ਕਿਸ ਦਿਨ ਲੈ ਕੇ ਆਵਾਂਗੇ ਸਕਾਈਪ 'ਤੇ ਜਾਂ ਫਿਰ ਸਟੂਡੀਓ 'ਚ ਆਏ ਤਾਂ ਫਿਰ ਲੰਬੀਆਂ ਗੱਲਾਂ ਵੀ ਕਰਾਂਗੇ ਪਰ ਫਿਲਹਾਲ ਮੈਂ ਇਹ ਕਹਿਣਾ ਚਾਹੁੰਦਾ ਕਿ ਫਿਲਮ ਜਿਹੜੀ ਯਾਰ ਅਨਮੁੱਲੇ ਰਿਟਰਨਸ ਹੈਗੀ ਆ ਇਹ ਥੀਏਟਰ ਦੇ ਵਿੱਚ ਲੱਗ ਚੁੱਕੀ ਆ ਆਪਣੇ ਇੱਥੇ ਗੱਲ ਕਰੀਏ ਟ੍ਰੇਸੀ ਹੈ ਫਰੀ ਮਾਊਂਟ ਹੈ ਔਰ ਨਾਲ ਦੀ ਨਾਲ ਰੋਜ਼ਵੈਲ ਲੱਗੀ ਹੋਈ ਹੈ ਬੇਕਰਸ ਫੀਲਡ ਲੱਗੀ ਹੈ ਸਭ ਜਗ੍ਹਾ ਕੈਲੀਫੋਰਨੀਆ ਲੱਗੀ ਹੈ ਜਿੱਥੇ ਵੀ ਸੂਤ ਲੱਗੇ ਤਾਂ ਜ਼ਰੂਰ ਜਾ ਕੇ ਦੇਖ ਸਕਦੇ ਹੋ। ਪ੍ਰੋਗਰਾਮ ਦਾ ਸਮਾਂ ਖਤਮ ਹੈ ਜੀ ਫਿਰ ਵੀ ਅਖੀਰ ਦੇ ਵਿੱਚ ਇੱਕ ਤਾਂ ਇਨਫੋਰਮੇਸ਼ਨ ਇਹ ਹੈ ਕਿ ਯੂਬਾਸਤਰੀ ਦੇ ਨਗਰ ਕੀਰਤਨ ਹੋ ਰਿਹਾ ਉਸੇ ਤਰ੍ਹਾਂ 7 ਨਵੰਬਰ ਨੂੰ ਧੂਮਧਾਮ ਦੇ ਨਾਲ ਸੋ ਉਹ ਵੀ ਅਸੀਂ ਜਸ ਪੰਜਾਬੀ 'ਤੇ ਪਿਛਲੇ ਜਦੋਂ ਦਾ ਸ਼ੁਰੂ ਹੋਇਆ ਨਗਰ ਕੀਰਤਨ ਲਗਭਗ ਉਦੋਂ ਤੋਂ ਨਹੀਂ ਪਿਛਲੇ ਜਦੋਂ ਜਸ ਪੰਜਾਬੀ ਸ਼ੁਰੂ ਹੋਇਆ ਉਦੋਂ ਤੋਂ ਅਸੀਂ ਜ਼ਰੂਰ ਜਸ ਪੰਜਾਬੀ 'ਤੇ ਲਾਈਵ ਦਿਖਾਉਂਦੇ ਹਾਂ ਇਸ ਵਾਰ ਵੀ ਅਸੀਂ ਜਸ ਪੰਜਾਬੀ 'ਤੇ ਲਾਈਵ ਦਿਖਾਵਾਂਗੇ
तो इस लाइव का तो नाल दी नाल मिस एंड मिसर पंजाबन जिहड़ा उस लाइव का कोई भी स्पोंसर बनना चाहते हो तुसी वर्ल्ड वाइड तो स्पोंसरशिप जी देनी चाहते हो तो जरूर ईमेल करो jaggi@jasbroadcasting.com या फिर info@jasbroadcasting.com फेसबुक ट्विटर तो अलावा वट्सअप नंबर मेरा सैल नंबर 2094533 कित भी संपर्क कर सकते हो। अखीर दे सब नूं प्यार भरी सत श्री अकाल जी, खुश रहो, खुश रखो, रब राखा, जीवे पंजाब, जीवे पंजाबी, नानक नाम चढ़दी कला, तेरे भाणे सरबत दा भला।